ਹੰਸ ਰਾਜ ਹੰਸ ਜੀ, ਅਸੀਂ ਸਵਾਲਾਂ ਦੇ ਜਵਾਬ ਮੰਗਦੇ ਹਾਂ। ਅੱਜ ਪਛੋੜ ਇੱਕ ਵਾਰੀ ਮੈਨੂੰ ਆਸ਼ੀਰਵਾਦ ਦੇ ਦਿਓ, ਸਿਰ ਕਲਮ ਕਰ ਦੂੰਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ। ਸਾਥੋਂ ਡਰ ਕੇ ਅਸੀਂ ਅੱਜ ਸਵਾਲ ਕਰ ਰਹੇ ਹਾਂ, ਦੱਸੋ ਸਾਥੋਂ ਡਰ ਕਦਾ। ਕਾਸ਼ ਉਹ ਉਦੋਂ ਵਿਰੋਧ ਕਰ ਦਿੰਦੇ ਤੇ ਅੱਜ ਮੋਦੀ ਖਲਨਾਇਕ ਨਾ ਬਣਦਾ। ਦੂਸਰਾ ਅੰਦੋਲਨ ਆ, ਕਦੀ ਮੈਂ ਖਿਲਾਫ਼ ਬੋਲਿਆ ਹਾਂ, ਅੱਜ ਹੀ ਮੇਰੀ ਜੀਵ ਕੱਟ ਦਿਓ। ਹੰਸ ਜੀ, ਜੇ ਲੋਕ ਰਹਿਣਗੇ ਤਾਂ ਫੇਰ ਹੀ ਰਾਜ ਕਰੋਗੇ, ਤੇ ਸਾਡੀਆਂ ਮੰਗਾਂ ਕਿਉਂ ਨੀ ਮੰਗੀਆਂ ਜਾ ਰਹੀਆਂ। ਹੰਸ ਰਾਜ ਜੀ ਅਸੀਂ ਸਵਾਲਾਂ ਦੇ ਜਵਾਬ ਮੰਗਦੇ ਹਾਂ। ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਜਾਓ। ਅੱਜ ਪਛੋੜ ਜੇ ਲੋਕਾਂ ਦੇ ਵਿੱਚੋਂ ਹੀ ਤੁਸੀਂ ਵੋਟਾਂ ਲੈਣ ਆ ਰਹੇ ਹੋ। ਸਾਡੇ ਕਿਰਤੀ ਲੋਕਾਂ ਦੇ ਸਵਾਲ ਨੇ, ਅਸੀਂ ਉਹੀ ਕਿਸਾਨ ਆ ਜਿਹੜਾ ਪਿੰਡਾਂ ਦੇ ਵਿੱਚ ਆ, ਅਸੀਂ ਤੁਹਾਨੂੰ ਸਵਾਲਾਂ ਦੇ ਜਵਾਬ ਪੁੱਛਦੇ ਹਾਂ। ਵੀ ਲਖੀਮਪੁਰ ਖੀਰੀ ਦੇ ਵਿੱਚ, ਇੱਕ ਮਿੰਟ ਬੋਲੋ ਨਾ, ਲਖੀਮਪੁਰ ਖੀਰੀ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਸੀ, ਉੱਥੇ ਅਜੇ ਮਿਸ਼ਰਾ ਟੈਣੀ ਯੂਪੀ ਦਾ ਜਿਹੜਾ MP ਹੈ, ਉਹਦੇ ਬੇਟੇ ਵੱਲੋਂ ਕਿਸਾਨਾਂ ਦੇ ਉੱਤੇ ਚੀਪਾਂ ਚੜਾ ਕੇ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ, ਉਹਨਾਂ ਨੂੰ ਮਾਰ ਦਿੱਤਾ ਗਿਆ, ਤੇ ਅੱਜ ਅਜੇ ਮਿਸ਼ਰਾ ਟੈਣੀ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਸਵਾਲ ਨੰਬਰ 1, ਵੀ ਉਹਨੂੰ ਸਜ਼ਾ ਕਿਉਂ ਨੀ ਦਿੱਤੀ, ਸਜ਼ਾਵਾਂ ਕਿਉਂ ਨੀ ਦਿੱਤੀਆਂ? ਦੂਜਾ, ਜਿਹੜਾ ਲਿਖਤੀ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਹੈ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ, ਜਿਹੜੇ ਪਰਚੇ ਦਰਜ ਸੀਗੇ ਤੇ ਉਹ ਕਿਉਂ ਨੀ ਕੈਂਸਲ ਕੀਤੇ? ਤੀਜਾ, ਜਿਹੜਾ ਵੱਡਾ ਮੁੱਦਾ ਹੈ MSP ਦਾ, MSP ਕਿਸਾਨਾਂ ਦੀ ਜਿਹੜੀ ਦੇਣੀ ਚਾਹੁੰਦੇ ਸੀ 2022 ਦੇ ਵਿੱਚ, ਇਹਦੇ ਸੀ ਖੁਸ਼ਹਾਲ ਕਰ ਦਿਆਂਗੇ ਕਿਸਾਨੀ ਮਜ਼ਦੂਰੀ, ਉਹ MSP ਸਾਡੀ ਕਿਉਂ ਰੋਲਤੀ? ਚੌਥਾ, ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਸੀਗਾ, ਉਹ ਮਾਫ਼ ਕਿਉਂ ਨੀ ਕੀਤਾ? ਤੇ ਕਾਰਪੋਰੇਟ ਘਰਾਣਿਆਂ ਦਾ, ਅਦਾਨੀਆਂ ਅਦਾਨੀਆਂ ਦਾ ਕਰਜ਼ਾ ਮਾਫ਼ ਕਿੱਥੋਂ ਕਰਤਾ? ਪੰਜਵਾਂ, ਜਿਹੜਾ ਬੇਰੁਜ਼ਗਾਰੀ ਫੈਲੀ ਹੋਈ ਹੈ, ਇਹ ਆਦੇ ਸੀ ਘਰ ਘਰ ਰੁਜ਼ਗਾਰ ਦੇਵਾਂਗੇ, ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ, ਉਹ ਰੁਜ਼ਗਾਰ ਕਿਉਂ ਨੀ ਮਿਲਿਆ? ਤੇ ਨੌਜਵਾਨੀ ਦੇਸ਼ ਦੇ ਵਿੱਚੋਂ ਕੈਨੇਡਾ ਅਮਰੀਕਾ ਵੱਲ ਭੱਜ ਰਹੀ ਹੈ। ਤੇ ਦੂਜਾ, ਜਿਹੜਾ ਤਾਜ਼ਾ ਹੈ, ਹਰ ਇੱਕ ਦਾ ਮਸਲਾ ਅੰਦੋਲਨ ਕਰਨਾ ਰਾਈਟ ਹੈ, ਤੇ ਤੁਹਾਡਾ ਵੀ ਹੁਣ ਇਹ ਆ ਵੀ ਤੁਸੀਂ ਪਿੰਡਾਂ 'ਚ ਆਉਣਾ, ਤੁਸੀਂ ਇਹਦੇ ਲੋਕਤੰਤਰ ਹੈ। ਜਿਹੜੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ, ਕੀ ਉਹ ਇਸ ਧਰਤੀ ਦਾ ਹਿੱਸਾ ਨਹੀਂ ਸੀ? ਉਹਨਾਂ ਤੇ ਬੈਰੀਗੇਟ ਕਰਤੇ, ਕਿੱਲ ਕੱਢ ਤੇ, ਤੇ ਖੰਭੇ ਕੱਢ ਤੇ, ਕੰਧਾਂ ਕੱਢਤੀਆਂ। ਇੱਕ ਮਿੰਟ, ਛੁੱਪ ਕਰਨ ਨੂੰ ਬੈਰੀਗੇਟ ਕੀਤੇ ਪਹਿਲਾਂ, ਫਿਰ ਖੜੇ ਨੂੰ ਝੋਨਾ ਕਣਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਪ੍ਰਾਈਵੇਟ ਹਥਿਆਰ ਨਾਲ, ਤੇ ਪੰਜਾਬ ਦੀ ਧਰਤੀ ਤੇ, ਤੇ ਸਾਡਾ ਜਿਹੜਾ ਪ੍ਰਿਤਪਾਲ ਕਿਸਾਨ ਲੰਗਰ ਵਰਤਾ ਰਿਹਾ ਸੀ, ਹਰਿਆਣੇ ਦੀ ਪੁਲਿਸ ਆ ਕੇ ਉਹਦੇ ਲੱਤਾਂ ਬਾਹਾਂ ਤੋੜਤੀਆਂ, ਜਵਾੜੇ ਤੋੜਤੇ, ਤੇ ਇੱਕ ਪਟਿਆਲੇ ਜ਼ਿਲ੍ਹੇ ਦਾ ਕਿਸਾਨ 35 ਸਾਲ ਦਾ, ਉਹਦੇ 2 ਬੱਚੇ ਨੇ, ਅੱਥਰੂ ਗੈਸ ਦੇ ਗੋਲੇ ਸਿੱਟਤੇ, ਉਹਦੀਆਂ ਅੱਖਾਂ ਚਲੀਆਂ ਗਈਆਂ, ਉਹ ਮੁਰਜ਼ਮਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਹੰਸ ਜੀ, ਠੀਕ ਹੈ, ਮੰਗਾਂ ਮੰਨਣੀਆਂ ਨਾ ਮੰਨਣੀਆਂ ਵੱਖਰੀ ਗੱਲ ਹੈ, ਪਰ ਦੂਜੀ ਗੱਲ, ਉਹਨਾਂ ਤੇ ਹੱਤਿਆਚਾਰ ਕਿਉਂ ਕੀਤਾ ਗਿਆ? ਸਾਡੇ ਸਵਾਲਾਂ ਦੇ ਜਵਾਬ ਨੇ, ਤੇ ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਕੋਲੇ ਆ ਰਹੇ ਹੋ। ਇੱਕ ਮਿੰਟ, ਤੁਸੀਂ ਅੱਜ ਇੱਥੇ ਆਏ ਹੋ, ਸਾਡੀ ਵੇਖੋ ਕਿੰਨੀ ਘੇਰਾਬੰਦੀ ਕੀਤੀ ਹੈ, ਸਾਨੂੰ ਸਵਾਲ ਨਹੀਂ ਕਰ ਸਕਦੇ? ਜਦੋਂ ਤੁਸੀਂ ਵੋਟਾਂ ਦੇ ਦਿਨਾਂ ਦੇ ਵਿੱਚ
ਅਸੀਂ ਤੁਹਾਨੂੰ ਪੁੱਛ ਸਕਦੇ ਹਾਂ, ਸਾਡਾ ਰਾਈਟ ਹੈ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਤੇ ਕਿਸਾਨਾਂ ਮਜ਼ਦੂਰਾਂ ਦੀਆਂ। ਹੰਸ ਜੀ, ਜੇ ਲੋਕ ਰਹਿਣਗੇ ਤਾਂ ਫੇਰ ਹੀ ਰਾਜ ਕਰੋਗੇ, ਤੇ ਸਾਡੀਆਂ ਮੰਗਾਂ ਕਿਉਂ ਨੀ ਮੰਗੀਆਂ ਜਾ ਰਹੀਆਂ, ਸਾਥੋਂ ਕਿਉਂ ਪੱਟਿਆ ਜਾ ਰਿਹਾ? ਅਸੀਂ ਉਹ ਪਿੰਡਾਂ ਦੇ ਲੋਕ ਹਾਂ, ਸ਼ਹਿਰਾਂ ਦੇ ਲੋਕ ਹਾਂ, ਤੇ ਜੇ ਇੱਥੇ ਦੁਕਾਨਦਾਰ ਕਿਸਾਨ ਨਾ ਰਿਹਾ ਤੇ ਫਿਰ ਇੱਥੇ ਰਹੂਗਾ ਕੌਣ? ਇਹ ਸਵਾਲਾਂ ਦੇ ਸਾਡੇ ਜਵਾਬ ਦਿਓ ਵੀ ਉਹਨਾਂ ਤੇ ਕਾਰਵਾਈ ਕਿਉਂ ਕਦੋਂ ਹੋਊਗੀ, ਤੇ ਸਾਡੀ MSP ਫਸਲਾਂ ਦਾ ਤੇ ਰੁਜ਼ਗਾਰ ਦਾ ਮਸਲਾ ਤੇ ਮਣੀਪੁਰ ਦੇ ਵਿੱਚ ਸਾਡੀਆਂ ਭੈਣਾਂ ਦੇ ਬਿਸਤਰ ਲਾ ਕੇ ਉਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਘੁਮਾਇਆ ਗਿਆ। ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਉਹਦੇ ਉੱਥੇ ਧੀ ਨਾਲ ਬਲਾਤਕਾਰ ਕਰਕੇ ਜੀਭਾਂ ਵੱਟੀਆਂ ਗਈਆਂ, ਰੀੜ ਦੀਆਂ ਹੱਡੀਆਂ ਤੋੜੀਆਂ ਗਈਆਂ। ਕੀ ਅੱਜ ਹਾਲਾਤ ਕੀ ਆ ਦੱਸੋ, ਤੇ ਅੱਜ ਫੋਰਸਾਂ ਚੜਾ ਕੇ ਕੀ ਵੋਟਾਂ ਪਿੰਡਾਂ ਦੇ ਵਿੱਚੋਂ ਪੈਣਗੀਆਂ ਦੱਸੋ? ਆਏ ਫੋਰਸਾਂ ਲਾ ਕੇ ਡਾਂਗਾਂ ਨਾਲ ਖਲਿਆਰ ਕੇ ਸਾਡੀ ਘੇਰਾਬੰਦੀ ਕਰਕੇ ਸਾਥੋਂ ਡਰ ਕੇ ਅਸੀਂ ਅੱਜ ਸਵਾਲ ਕਰ ਰਹੇ ਹਾਂ, ਦੱਸੋ ਸਾਥੋਂ ਡਰ ਕਾਹਦਾ? ਅਸੀਂ ਤਾਂ ਕੁਛ ਕਿਸਾਨ ਲੱਗਦੇ ਹਾਂ ਵੀ ਇਹ ਡੁਪਲੀਕੇਟ ਕਿਸਾਨ ਹੈ, ਡੁਪਲੀਕੇਟ ਕਿਸਾਨ ਹੈ, ਕੱਲ ਨੂੰ ਪਿੰਡਾਂ ਦੇ ਵਿੱਚ ਕਿਸਾਨ ਭਰਾਵੋ ਹਿੰਦੁਸਤਾਨ ਨੂੰ ਪੂਰੀ ਦੁਨੀਆ ਦੇ ਰਿਜ਼ਕ ਦਾਤੇ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ। ਭਰਾਵੋ, ਬਹੁਤ ਅਰਸੇ ਤੋਂ ਮੈਂ ਸੁਣ ਰਿਹਾ, ਵੇਖ ਰਿਹਾ, ਸੋਚ ਰਿਹਾ, ਜਦੋਂ ਪਹਿਲਾ ਅੰਦੋਲਨ ਸੀ ਤੁਹਾਡੇ ਵੀਰੇ ਨੇ, ਤੁਹਾਡੇ ਭਰਾ ਹੰਸਰਾਜ ਹੰਸ ਨੇ ਜਦੋਂ ਪਹਿਲਾ ਅੰਦੋਲਨ ਸਾਲ ਦੇ ਸਨ, ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਢ ਦਿਓ। ਮੇਰੀ ਸੁਣ ਲਓ, ਮੇਰੀ ਬੇਨਤੀ ਸੁਣਨਾ, ਜਿਹੜੀ ਗਲਤ ਗੱਲ ਹੋਈ ਆ ਗਲਤ ਗੱਲ ਆ, ਜਿਹੜੇ ਤੁਸੀਂ ਸਵਾਲ ਉਠਾਏ ਆ, ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ, ਜ਼ੁਲਮ ਜ਼ੁਲਮ ਹੈ। ਜਿੱਥੇ ਕਿਤੇ ਵੀ ਜ਼ਿਆਦਤੀ ਹੋਈ ਆ ਉੱਥੇ ਤੁਹਾਡਾ ਵੀਰ, ਜਦੋਂ ਵੀ ਕੋਈ ਮੂਵਮੈਂਟ ਹੋਈ ਆ, ਝੋਲੀ ਚੁੱਕਦੀ ਜੋ ਬਣਿਆ, ਹਮੇਸ਼ਾ ਤੁਹਾਡੀ ਗੱਲ ਕੀਤੀ ਆ। ਚਾਹੇ ਪੱਤਾ ਸਿੰਘਾਂ ਦਾ ਵੈਰੀ ਦੀ ਗੱਲ ਹੋਵੇ, ਚਾਹੇ ਅੰਦੋਲਨ ਦੀ ਗੱਲ ਹੋਵੇ, ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢਦੇ ਸੀ ਮੇਰੇ ਪੁਤਲੇ, ਮੇਰੀ ਬੇਨਤੀ ਸੁਣ ਲੈਣ, ਅੰਦੋਲਨ ਪਹਿਲੇ ਅੰਦੋਲਨ ਦੀ ਗੱਲ, ਟਿੱਕਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ, ਜੇ ਕੋਈ ਸ਼ੱਕ ਸ਼ੁਭਾ ਹੈ ਤਾਂ ਬੰਦੇ ਜੀਂਦੇ ਆ ਉਹਨਾਂ ਨੂੰ ਪੁੱਛ ਲੈਣਾ। ਤੁਸੀਂ, ਮੈਂ ਖੇਤਾਂ 'ਚ ਪਲਿਆ, ਤੁਹਾਡਾ ਖਾ ਕੇ ਪਲਿਆ, ਮੈਂ ਖੇਤ ਮਜ਼ਦੂਰ ਦਾ ਪੁੱਤਰ ਹਾਂ, ਬੇਟਾ ਅਰਜਨ ਸਿੰਘ, ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਹਾਂ। ਭਰਾਵੋ, ਜੋ ਜੋ ਤੁਹਾਡੇ ਸਵਾਲ ਆ ਉਹਨਾਂ ਦੇ ਜਵਾਬ ਇਹ, ਮੈਂ ਇੱਕੋ ਹੀ ਸੌ ਸਰ ਕੀ ਕਹਿੰਦੇ ਨੇ, ਸੌ ਗਜ ਰੱਸਾ ਤੇ ਸਿਰੇ 'ਤੇ ਗੰਢ, ਉਹਦੇ ਲਈ ਮੈਂ ਦਸਤ ਬਦਸਤਾ ਹੱਥ ਜੋੜ ਕੇ ਮਾਫ਼ੀ ਮੰਗਦਾ, ਮੇਰਾ ਰੁਤਬਾ ਨਹੀਂ ਸੀ। ਕਾਸ਼ ਤਿੰਨ ਜਦੋਂ ਆਰਡੀਨੈਂਸ ਬਣੇ, ਤਿੰਨ ਕਾਨੂੰਨ ਬਣੇ ਹੁੰਦੇ, ਉਸ ਕਮੇਟੀ ਦਾ ਮੈਂ ਮੈਂਬਰ ਹੁੰਦਾ, ਤੁਹਾਨੂੰ ਮਜ਼ਾ ਆ ਜਾਣਾ ਸੀ। ਉਸੇ ਟਾਈਮ ਮੈਂ ਵਿਰੋਧ ਕਰਦਾ, ਜਿਹਨਾਂ ਨੂੰ ਆਪਾਂ ਖੈਰ ਖਵਾ ਜ਼ਿਆਦਾ ਮੰਨਦੇ ਸੀ, ਉਹੋ ਹੀ ਵਜ਼ੀਰ ਸੀ, ਉਹੋ ਹੀ MP ਸੀ,
ਤੁਹਾਡਾ ਵੀਰਾ ਦਰੋਲ ਖੁੱਲ ਕੇ ਪਹਿਲੀ ਵਾਰੀ ਉੱਥੇ ਗਿਆ ਸੀ ਪਾਰਲੀਮੈਂਟ ਵਿੱਚ, ਮੈਨੂੰ ਉਦੋਂ ਪਤਾ ਲੱਗਾ ਜਦੋਂ ਰੌਲਾ ਪੈ ਗਿਆ ਕਿ ਇਹ ਗਲਤ ਆ ਕਾਨੂੰਨ, ਜਿਨ੍ਹਾਂ ਨੇ ਰੋਕਣਾ ਸੀ ਉਹ ਪਹਿਲਾਂ ਫੂਕ ਹੀ ਉਹਨਾਂ ਨੇ ਬਹੁਤ ਦੇਤੀ ਮੋਦੀ ਨੂੰ। ਗੁਨਾਹਗਾਰ ਇਕੱਲਾ ਮੋਦੀ ਬਣਿਆ, ਕਾਨੂੰਨ ਸਾਰੇ ਵਜ਼ੀਰਾਂ ਨੇ, ਵਿੱਚ ਸਾਰੇ ਜ਼ਿਮੀਂਦਾਰ ਮਜ਼ਦੂਰ ਕਿਸਾਨ ਸਾਰੇ, MP ਵੀ ਸੀ ਵਜ਼ੀਰ ਵੀ ਸੀ। ਮੇਰੀ ਬੇਨਤੀ ਸੁਣਨਾ, ਮੇਰੇ ਕਹਿੰਦੇ ਮੈਨੂੰ ਸਾਰੀ ਸ਼੍ਰੇਣੀਆਂ ਦੇ ਵਜ਼ੀਰ ਵੀ ਸੀ, ਮਨਿਸਟਰ ਵੀ ਸੀ, MP ਵੀ ਸੀ, ਖੇਤਾਂ ਦੇ ਪੁੱਤ ਪਹਾੜ ਵਾਲੇ। ਹਾਂ ਠੀਕ ਹੈ, ਉਹ ਤੁਸੀਂ ਮੇਰੀ ਬੇਨਤੀ ਸੁਣ ਲਓ, ਹੁਣ ਮੇਰੀ ਬੇਨਤੀ ਸੁਣ ਲਓ। ਕਾਸ਼ ਉਹ ਉਦੋਂ ਵਿਰੋਧ ਕਰ ਦਿੰਦੇ ਤੇ ਅੱਜ ਮੋਦੀ ਖਲ ਨਾਇਕ ਨਾ ਬਣਦਾ। ਉਹਨਾਂ ਨੇ ਉਦੋਂ ਇੰਨੀ ਫੂਕ ਦਿੱਤੀ, ਕਹਿਣ ਲੱਗੇ ਮੋਦੀ ਸਾਹਿਬ ਆਹ ਤਾਂ ਤੁਸੀਂ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਆ। ਜਦੋਂ ਆਰਡੀਨੈਂਸ ਜਾਰੀ ਹੋਏ, ਕਾਨੂੰਨ ਪੜਿਆ ਗਿਆ, ਤੁਸੀਂ ਖਿਲਾਫ ਹੋਏ, ਸਾਰਾ ਪੰਜਾਬ ਖਿਲਾਫ ਹੋਇਆ, ਛੁੱਤਰ ਛੁੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨੀ ਕਿੱਥੇ ਚਲੇ ਗਿਆ, UP ਚ ਨੀ, UP ਵਾਲਿਆਂ ਦੀ ਵੀ ਮੈਂ ਗੱਲ ਕਰੂੰ, ਬਿਹਾਰ ਵਾਲਿਆਂ ਦੀ, ਸਾਰੀ ਸਟੇਟ ਦੀ, ਵਿੱਚੋਂ ਪੰਜਾਬੀਆਂ ਦੀ ਗੱਲ ਕਰੂੰਗਾ, ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ। ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ, ਮੇਰਾ ਮੈਂ ਇਸ ਕਾਬਿਲ ਸੀ ਕਿ ਮੇਰਾ ਸਿਰ ਕਲਮ ਕਰ ਦਿੱਤਾ ਜਾਂਦਾ। ਅੱਗੋਂ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ, ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਦਿਓ, ਦੂਸਰਾ ਅੰਦੋਲਨ ਆ, ਕਦੀ ਮੈਂ ਖਿਲਾਫ਼ ਬੋਲਿਆ ਹੋ, ਅੱਜ ਹੀ ਮੇਰੀ ਜੀਭ ਕੱਟ ਦਿਓ। ਜੇ ਮੈਂ ਕਦੀ ਖਿਲਾਫ਼ ਹੀ ਨਹੀਂ ਚੱਲਿਆ ਤਾਂ ਹੁਣ ਮੇਰੇ 'ਤੇ ਯਕੀਨ ਕਰ ਲਓ, ਇੱਕ ਵਾਰੀ ਮੈਨੂੰ ਅਸ਼ੀਰਵਾਦ ਦੇ ਦਿਓ। ਸਾਰਾ ਦੁਨੀਆ ਸੁਣਦੀ ਆ, ਇਕੱਲਾ ਜੈਤਾ ਨਹੀਂ ਸੁਣਦਾ, ਨੈੱਟ ਦਾ ਜ਼ਮਾਨਾ ਹੈ, ਸਾਰੀ ਦੁਨੀਆ ਸੁਣਦੀ। ਐਸੇ ਚੁਰਾਹੇ ਚੱਲ ਜਾਊਂਗਾ, ਸਿਰ ਕਲਮ ਕਰ ਦਊਂਗਾ, ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ, ਜੇ ਤੁਹਾਨੂੰ ਫਿਰ ਵੀ ਬਾਰਡਰਾਂ 'ਤੇ ਜਾਣਾ ਪਿਆ, ਉਸੇ ਦਿਨ ਹੀ ਮੈਂ ਰਿਜ਼ਾਈਨ ਵੀ ਕਰੂੰਗਾ, ਤੁਹਾਡੇ ਵਿੱਚ ਆ ਕੇ ਬਹਿ ਜਾਊਂਗਾ। ਮੈਂ ਇੰਨੀ ਜੋਗਾ ਹੈ ਨਹੀਂ ਸੀ, ਮੈਨੂੰ ਕਰ ਦਿਓ ਇੰਨੀ ਜੋਗਾ, ਮੇਰੇ 'ਤੇ ਇੱਕ ਵਾਰੀ ਯਕੀਨ ਕਰ ਲਓ। ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਜਾ ਹਾਰੀ ਜਿਤਾਇਆ ਤੁਸੀਂ। ਇੱਕ ਗਰੀਬ ਕਿਸਾਨ, ਖੇਤ ਮਜ਼ਦੂਰ ਦੇ ਬੱਚੇ 'ਤੇ ਯਕੀਨ ਕਰ ਲਓ। ਅਸੀਂ ਬਾਬਾ ਜੀਵਨ ਸਿੰਘ ਬਾਜਾਂ ਵਾਲੇ ਬਾਪੂ ਨੂੰ ਵੀ ਮੰਨਣ ਵਾਲੇ ਬੰਦੇ ਹਾਂ, ਅਸੀਂ ਤਾਂ ਤੁਹਾਡੇ ਲਈ ਸ਼ਹੀਦ ਹੋ ਜਾਵਾਂਗੇ, ਪਰ ਇੱਕ ਵਾਰੀ ਤੁਸੀਂ ਵੀ ਯਕੀਨ ਕਰੋ। ਅਸੀਂ ਉਹ ਲੋਕ ਹਾਂ ਜਿਹਨਾਂ ਨੂੰ ਕਿਹਾ ਰੰਗ ਰੇਟੋ, ਗੁਰੂ ਤੋਂ ਬੇਟੋ, ਲਾਹਨੂ ਤਾਂ ਮੇਰੇ, ਇਹ ਘੁੰਮ ਦੇ ਬਾਜਾਂ ਵਾਲੇ ਬਾਪੂ। ਮੈਂ ਹੀ ਕਹਿੰਦਾ ਸੀ ਕੇਸਗੜ੍ਹ ਗੁਰਦੁਆਰਾ ਸਾਹਮਣੇ ਖੜਾ ਹੋ ਕੇ ਪੰਥ ਖਾਲਸਾ ਸਜਾਉਣਾ। ਲੈ ਮੈਂ ਜਿਹਨੂੰ ਜੋ ਮਰਜ਼ੀ ਸੁਝਾਅ ਦੇ ਦਿਓ, ਜਿੱਥੇ ਫਤਿਹ ਡਿਜਾਈ ਸੀ, ਇੱਕ ਇੱਕ ਸੈਕਿੰਡ ਲਈ ਮੇਰੇ ਮਗਰ ਤੁਹਾਡਾ ਕਾਲਜਾ ਠੰਡਾ ਮੈਂ ਕਰਦਾ। ਬਿਲਕੁਲ ਰਾਈਟ ਹੈ, ਜਿਹੜੀ ਜਿੱਥੇ ਵੀ ਗਲਤੀ ਹੋਈ ਉਹਦੀ ਮੈਨੂੰ ਮਾਫ਼ੀ ਤਾਂ ਨਹੀਂ ਮੰਗਣੀ ਚਾਹੀਦੀ, ਪਰ ਉਹਨਾਂ ਦੇ ਬਿਹਾਸ ਤੋਂ ਮੈਂ ਮਾਫ਼ੀ ਮੰਗਦਾ। ਮੈਂ ਕਿਹਾ ਮੈਂ ਗੱਜਿਆ ਕਰੂੰਗਾ ਪਾਰਲੀਮੈਂਟ 'ਚ, ਇੱਕ ਵਾਰੀ ਯਕੀਨ ਤਾਂ ਕਰ ਲਓ। ਮੇਰੀ ਮੈਂ ਇੰਨੀ ਜੋਗਾ ਕਦੀ ਹੋਇਆ ਹੀ ਨਹੀਂ ਸੀ, ਪਹਿਲਾਂ ਜਲੰਧਰੋਂ ਹਾਰ ਗਿਆ, ਫਿਰ ਹਾਰ ਗਿਆ, ਫਿਰ ਦਿੱਲੀਓਂ ਜਿੱਤਿਆ। ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾ ਹੀ ਮਿਲੀ ਆ। ਇੱਕ ਵਾਰੀ ਸ਼ਾਬਾਸ਼ ਦੇ ਦਿਓ, ਥਾਪੀ ਦੇ ਦਿਓ, ਤੂੰ ਕਿ ਸਾਡਾ ਬੱਚਾ ਆ। ਮੈਂ ਉਹ ਹੀ ਗੱਲ ਕਰਾਂਗਾ ਜਿੰਨੀ ਕੁ ਜੋਗਾ ਮੈਂ ਹੈਗਾ ਆ, ਕੱਲ੍ਹ ਨੂੰ ਵੀ ਮੈਂ ਤੁਹਾਡੇ ਮੱਥੇ ਲੱਗਣਾ।
ਜਦੋਂ ਮੇਰੇ ਕੁਛ ਪੱਲੇ ਆ ਗਿਆ, ਮਾੜੀ ਮੋਟੀ ਪਾਵਰ ਜੀ ਆ ਗਈ, ਤੇ ਫਿਰ ਮੈਂ MPC ਤੇ ਮੈਂ ਤੁਹਾਡੇ ਕਦੀ ਖਿਲਾਫ਼ ਨਹੀਂ ਬੋਲਿਆ। ਮੈਂ ਪਾਰਲੀਮੈਂਟ 'ਚ ਕਿਹਾ ਸੀ ਕਿ ਸਾਨੂੰ ਪਹਿਲਾਂ ਪੁੱਛ ਲੈਂਦੇ, ਸਾਨੂੰ ਪਹਿਲਾਂ ਪੁੱਛਦੇ ਕਾਨੂੰਨ ਬਣਾਉਣ ਤੋਂ। ਉਹ ਗੋਲ ਗੋਲ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਈ ਜਾ ਰਹੀ ਅੱਗਿਓਂ ਤੋਂ ਪਿੱਛੋਂ। ਤੁਹਾਡਾ ਭਰਾ ਕਦੀ ਵੀ ਹੰਕਾਰ 'ਚ ਨਹੀਂ ਬੋਲਿਆ, ਤੁਹਾਡਾ ਬੱਚਾ ਆ। ਉਹ ਮੈਂ ਤੁਹਾਡਾ ਖਾ ਖਾ ਕੇ ਪਲਿਆ ਯਾਰ, ਮੈਂ ਤੁਹਾਡੇ ਨਾਲ ਗੱਦਾਰੀ ਕਰ ਸਕਦਾ? ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਹਾਂ। ਅੱਜ ਇੰਨਾ ਮੈਂ ਕਰਦਾ, ਮੈਂ ਹੌਲੀ ਹੌਲੀ ਸਾਰੇ ਸਾਲਾਂ ਦਾ ਮੈਂ ਬਹਿਸ਼ਤ ਮੁਜ਼ਰਮ ਤੁਹਾਡੀ ਕਚਹਿਰੀ 'ਚ ਪੇਸ਼ ਹੋਇਆ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਬਾਜਾ ਵਾਲੇ ਮਾਹੀ ਦਾ ਤੇ ਸੁਣੇ ਸੰਤ ਸਿਪਾਹੀ ਦਾ ਹੈ ਪੰਥ ਬੇਨਿਸਾਰ ਬੋਲੇ।